हाँ जी मैंने नींद आ हनी रही सारन थी। सत श्री अकाल ते वेलकम साडे लाइव दे विच। मेरी तरफों भी सारा बहुत बहुत प्यार भरी सत श्रीकाल ते वेलकम सारा दा साडी लाइव ते हाँ जी, पहुंचन दा। सो ए शो बेसिकली अपने सॉरी ए सॉरी लाइव अपने शो वास्ते है ते जिहड़ा के 23 अप्रैल नूं हो हाँ रहा जी ते तुसी बोलो ओहदे वास्ते कुछ। 23 ਨੂੰ ਸ਼ੋਅ ਹੋ ਰਿਹਾ ਕੈਨੇਡਾ ਦੇ ਵਿੱਚ ਤੇ ਮੈਂ ਪਹੁੰਚ ਰਹੀ ਹਾਂ ਇਧਰੋਂ ਪੰਜਾਬ ਤੋਂ ਤੇ ਉਧਰੋਂ ਗੁਰਸਿੱਧੂ ਜੁਆਇਨ ਕਰ ਰਹੇ ਨੇ ਤੇ ਇਹ ਸਾਰਾ ਸ਼ੋਅ ਟ੍ਰਿਬਿਊਟ ਕੀਤਾ ਜਾ ਰਿਹਾ ਬਾਈ ਸਿੱਧੂ ਮੂਸੇ ਵਾਲਾ ਤੇ ਤੁਸੀਂ ਸਾਰੇ ਜਣਿਆਂ ਨੇ ਪਹੁੰਚਣਾ ਤੇ ਅਸੀਂ ਦੋਨੋਂ ਜਣੇ ਮਿਲ ਕੇ ਲਾਵਾਂਗੇ ਰੌਣਕਾਂ ਤੇ ਤੁਸੀਂ ਇੰਜੋਏ ਕਰਨਾ ਪਰਫਾਰਮੈਂਸ ਨੂੰ ਤੇ ਬਲੇਸਿੰਗਸ ਦੇਣੀ ਆਪਣੀਆਂ ਤੇ ਬਸ ਇਹੀ ਕਹੂੰਗੀ ਜਲਦੀ ਜਲਦੀ ਜਾ ਕੇ ਸਾਰੇ ਜਣੇ ਟਿਕਟਸ ਬੁੱਕ ਕਰੋ ਜਿਨ੍ਹਾਂ ਨੇ ਨਹੀਂ ਕੀਤੀਆਂ ਤੇ ਜਲਦੀ ਆਫਟਰ 5 ਡੇਜ਼ 7 ਡੇਜ਼ ਕੇ ਬਾਅਦ ਮੈਂ ਉੱਥੇ ਹਾਂਜੀ, ਪਹੁੰਚ ਰਹੀ ਹਾਂ ਤੁਹਾਨੂੰ ਸਾਰਿਆਂ ਨੂੰ ਮਿਲੂੰਗੀ ਸੇਮ ਅੱਛਾ ਹੇਅਰ ਲੱਗੇਗਾ ਤੇ ਆਪਾਂ ਵੀ ਪਹੁੰਚ ਰਹੇ ਹਾਂ ਤੇ ਕਾਫੀ ਜੀ ਐਕਸਾਈਟਮੈਂਟ ਆ। ਕਾਫੀ ਟਾਈਮ ਤੋਂ ਪੋਸਟਰ ਪਏ ਹੋਏ ਨੇ ਵੈਸੇ ਆਪਣੇ ਸ਼ੋਅ ਦੇ ਤੇ ਸੀ ਤਿਆਰੀ ਚੱਲ ਜੀ ਰਹੀ ਆ ਹੁਣ। ਮੇਰਾ ਐਕਚੁਅਲੀ ਮੈਂ ਉਦਾਂ ਮੋਸਟਲੀ ਆ ਨਹੀਂ ਹੁੰਦਾ ਤੇ ਸ਼ੋਅਸ ਕਦੇ ਲਾਏ ਨਹੀਂ, ਮੇਰਾ ਕਾਈਂਡ ਆਫ ਡੈਬਿਊ ਸ਼ੋਅ ਹੀ ਹੈ ਇਹ ਤੇ। ਹਾਂਜੀ, ਤੁਹਾਡੇ ਨਾਲ ਓ ਵਾਓ ਪਹਿਲੀ ਵਾਰੀ ਸਟੇਜ ਤੇ ਚੜ੍ਹਨ ਬਾਤ ਹੈ ਲੱਗਿਆ ਪ੍ਰੋਪਰਲੀ ਬੈਂਡ ਨਾਲ ਤੇ ਬਾਬਾ ਜੀ ਮਿਹਰ ਕਰਨ ਵਧੀਆ ਹੋਵੇ। ਹਮੇਸ਼ਾ ਹਮੇਸ਼ਾ ਰਹੇਗੀ ਮੇਰ ਬਾਬਾ ਜੀ ਆਪਣੇ ਸਾਰਿਆਂ ਦੇ ਨਾਲ ਨੇ ਤੇ ਸਾਰੇ ਜਾਣੇ ਨੂੰ ਫਿਰ ਇੱਕ ਵਾਰ ਕਿਹਾ ਜਾ ਰਿਹਾ ਕਿ ਸਾਰੇ ਜਾਣੇ ਪਹੁੰਚੋ ਤੇ ਇੰਜੋਏ ਕਰਿਓ ਸਾਡੀ ਹਾਂਜੀ ਪਰਫਾਰਮੈਂਸ ਸੋ ਅੱਛਾ ਲੱਗੇਗਾ ਔਰ ਮਜ਼ਾ ਆਏਗਾ ਕਿ ਮੇਰੇ ਤੁਸੀਂ ਸੁਪਰ ਹਿੱਟ ਵੀ ਟ੍ਰੈਕਸ ਇਤਨੇ, ਗੁਰ ਨਹੀਂ ਸਿੱਧੂ ਮੈਂ ਨੇ ਤੁਹਾਨੂੰ ਲਿੱਤੇ ਸੱਚ ਨੇ ਕਹਿਣ ਤੇ ਲੱਗਿਆ ਉਹਨਾਂ ਸੀਗਾ, ਦੇ ਤੁਹਾਡੇ ਨਾਲ। ਵੀ ਰੀਸੈਂਟਲੀ ਗਾਣੇ ਬਹੁਤ ਵਧੀਆ ਆ ਰਹੇ ਨੇ ਤੇ ਤੁਹਾਨੂੰ ਵੈਸੇ ਤਾਂ ਥੈਂਕ ਬਹੁਤ ਜ਼ਿਆਦਾ ਥੈਂਕ ਬਿਲੇਟਡ ਆ, ਪਰ ਵਿਆਹ ਯੂ ਦੀਆਂ ਵੀ ਤੁਹਾਨੂੰ ਬਹੁਤ ਯਾਦ ਆ ਬਹੁਤ ਤੁਸੀਂ ਉਦਾਂ ਕਿਹਾ ਸੀ ਸਟੂਡੀਓ ਆ ਕੇ ਵੀ ਤੁਸੀਂ ਚੱਲਣਾ ਸਟੂਡੀਓ ਆ ਕੇ ਕਿਹਾ ਸੀ ਉਸ ਟਾਈਮ ਮੈਂ ਕਿਹਾ ਸੀ ਕਿ ਹਾਂਜੀ ਤੁਸੀਂ ਹਾਂਜੀ, ਥੈਂਕ ਯੂ। ਅੱਗੇ ਨਹੀਂ ਜਾਣਾ ਤੁਸੀਂ ਕਾਫੀ ਆਪਾਂ ਹਾਂ ਉੱਥੇ ਬਹੁਤ ਪਹਿਲਾਂ ਕਮੈਂਟਸ ਪੜ੍ਹ ਲਈਏ। ਹੈਲੋ ਜਸਰਾਜ ਲੇਲਨਾ ਬਾਈ, ਇਨੋਸੈਂਟ ਲੜਕਾ, ਇਨੋਸੈਂਟ ਲੜਕੇ ਨਹੀਂ ਇੱਥੇ ਕਾਫੀ ਤੇ। ਹਾਂਜੀ, ਸਿੱਧੂ ਬਾਈ ਦਾ ਰੀਸੈਂਟਲੀ ਗਾਣਾ ਆਇਆ, ਉਹ ਵੀ ਬੜਾ ਵਧੀਆ ਲੱਗਿਆ ਮੈਨੂੰ, ਮੇਰਾ ਨਾਂ। ਹਾਂਜੀ, ਉਹ ਬਹੁਤ ਮੇਰਾ ਅਸੀਂ ਸੁਣ ਰਹੇ ਹਾਂ ਪਿਛਲੇ ਦਿਨਾਂ 'ਚ। ਸਿੱਧੂ ਬਾਈ ਦੇ ਸਾਰੇ ਗਾਣੇ ਹੁਣ ਨਾਂ ਜ਼ਿਆਦਾ ਵਧੀਆ, ਪਹਿਲਾਂ ਵੀ ਵਧੀਆ ਲੱਗਦੇ ਸੀ, ਹੁਣ ਤਾਂ ਪਰ ਜ਼ਿਆਦਾ ਹੀ ਵਧੀਆ ਲੱਗਦੇ ਨੇ, ਬਹੁਤ ਜ਼ਿਆਦਾ। ਹੋਰ ਬਹੁਤ ਪਿਆਰ ਉਹਨਾਂ ਗਾਣੇ ਹਜੇ ਨਾਲ ਤੇ ਲਾਈਕ ਬਹੁਤ ਉਹ ਵੀ ਗਾਣਾ ਆਇਆ ਬਹੁਤ ਹਜੇ ਚੱਲ ਰਿਹਾ, ਜਿਹੜਾ ਜਸਟਿਸ ਵਾਸਤੇ ਉਹਨਾਂ ਆਪਣੇ ਅੰਕਲ ਆਂਟੀ ਦਾ ਚੱਲ ਰਿਹਾ, ਉਹ ਵੀ ਹਾਂ ਵਾਹਿਗੁਰੂ ਮਿਹਰ ਕਰੇ ਛੇਤੀ ਹੋਵੇ ਉਹਦਾ ਕੁਛ, ਨਹੀਂ ਤਾਂ ਕਾਫੀ ਲੇਟ ਚੱਲ ਰਿਹਾ ਸਾਰਾ ਕੁਛ। ਉਹ ਤਾਂ ਹੈ ਸਾਰਿਆਂ ਦੀ ਸਾਡੀ ਲੱਗੀ ਹੋਈ ਹੈ ਕਿ ਬੇਨਤੀ ਹੈ ਇੱਕ ਸਰਕਾਰ ਨੂੰ ਕਿ ਜਲਦੀ ਤੋਂ ਜਲਦੀ ਜਸਟਿਸ ਦਿੱਤਾ ਜਾਵੇ ਤੇ ਸਾਰੇ ਮਾਂ ਬਾਪ ਇਸ ਚੀਜ਼ ਨੂੰ ਹਾਸਲ ਕਰਕੇ ਖੁਸ਼ ਹੋਣ ਕਿ ਜਿਹੜੀ ਉਹਨਾਂ ਦੇ ਦਿਲ 'ਚ ਇੱਕ ਦੁੱਖ ਹੈਗਾ ਉਹ ਸਾਂਝਾ ਕੀਤਾ ਜਾਵੇ ਇਸ ਖੁਸ਼ੀ ਨਾਲ ਕਿ ਜਸਟਿਸ ਮਿਲਿਆ ਉਹਨਾਂ ਨੂੰ ਇਹੀ ਹੈ ਕਿ ਜਿਉਂਦੇ ਜੀ ਅਸੀਂ ਜੇ ਨਾ ਇਹ ਕੁਛ ਕੀਤਾ ਜਸਟਿਸ ਨਾ ਲਿਆ ਤਾਂ ਬਿਲਕੁਲ ਸਾਡੇ ਜੀ, ਲਈ ਬਿਲਕੁਲ। ਬਹੁਤ ਮਾੜੀ ਗੱਲ ਆ ਬਾਕੀ ਸਾਰੇ ਇਕੱਠੇ ਹੈਗੇ ਆਪਾਂ। ਬਾਕੀ ਸਾਡੀ ਪੂਰੀ ਟੀਮ ਤੋਂ ਕੈਨੇਡਾ ਦੀ ਹਾਂਜੀ ਪੂਰੀ ਟੀਮ ਪ੍ਰਵਾਸੀ ਟੀਵੀ ਮੀਡੀਆ ਵੱਲੋਂ ਇਹ ਆਰਗੇਨਾਈਜ਼ ਕੀਤਾ ਗਿਆ ਸ਼ੋਅ ਔਰ ਸਾਡਾ ਸਾਰੀ ਟੀਮ ਦਾ ਔਰ ਪ੍ਰਵਾਸੀ ਮੀਡੀਆ ਟੀਮ ਦਾ ਕੈਨੇਡਾ ਤੋਂ